ਸੁਲਤਾਨਪੁਰ ਨੂੰ ਜਿਹੜਾ ਮੇਨ ਰਾਹ ਕਪੂਰਥਲੇ ਨਾਲ ਕਨੈਕਟ ਕਰਦਾ ਉਹ ਵਾਇਆ ਡਿਡਵਿੰਡੀ ਆ, ਤੇ ਡਿਡਵਿੰਡੀ ਤੋਂ ਲੈ ਕੇ RCF ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜ਼ਿਮੀਂਦਾਰ ਦੇ ਟਰੈਕਟਰ ਦੀ ਹੁੱਕ ਟੁੱਟ ਜਾਂਦੀ ਆ, ਕਦੇ ਐਕਸੀਡੈਂਟ ਹੋ ਜਾਂਦੇ ਆ, ਤੇ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫ਼ਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਹ ਇਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ। ਸੋ ਇੰਨਾ ਮਾੜਾ ਹਾਲ ਹੈ, 6 ਮਹੀਨੇ ਹੋ ਗਏ ਆ। ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹਦੀ ਨਵੀਂ ਸੜਕ ਬਣਨੀ ਆ, ਉਨੀ ਦੇਰ ਤੱਕ ਇਹਦੀ ਜਿਹੜੀ ਪੈਚ ਵਰਕ ਆ ਕਰਾ ਦਿੱਤਾ ਜਾਵੇ ਤੇ ਮੁਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ। ਸੋ 6 ਮਹੀਨਿਆਂ 'ਚ ਕਿਸੇ ਨੇ ਕੁਛ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਹੀ ਚੱਕ ਲਈ ਆ, ਤੇ ਮਾਲਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚ ਵਰਕ ਕਰਾ ਕੇ ਮੋਟਰੇਬਲ ਸਿਚੁਏਸ਼ਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ। ਆਪਣੇ ਜੇਬ ਦੇ ਵਿੱਚੋਂ ਖਰਚ ਕਰ ਰਹੇ ਹੋ? ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਵੀ ਕਿਰਪਾ ਕੀਤੀ ਆ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਜੇਬ ਤੇ ਖਰਚ ਕੇ ਸਿਰੇ ਚੜਾਵਾਂਗੇ ਕੰਮ। ਉਹ ਯਾਰ, ਸਾਬਕਾ MLA ਨਾਲ ਸਮਝੌਤਾ ਕਰਨਾ ਕਾਹਦੇ ਲਈ ਆ? ਜੇ ਤਾਂ ਉਹਦੇ ਪੱਲੇ ਕੁਛ ਹੋਵੇ ਤਾਂ ਕਰਨ ਦੀ ਲੋੜ ਹੈ। ਵੇਖੋ, ਗੱਲ ਆ, ਇਹ ਫੈਸਲੇ ਪਾਰਟੀ ਦੇ ਆ, ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ। ਪਰ ਇੱਕ ਗੱਲ ਜ਼ਰੂਰ ਦੱਸ ਰਿਹਾ, ਪਿਛਲੇ ਦੋਵਾਂ ਤਿੰਨਾਂ ਦਿਨਾਂ ਤੋਂ ਸਾਬਕਾ MLA ਦੱਸ ਰਿਹਾ ਕਿ ਰਾਣੇ ਨੇ MP ਲੜ ਲੈਣੀ ਤੇ ਸੀਟ ਮੇਰੇ ਲਈ ਵਿਹਲੀ ਹੋ ਜਾਣੀ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ, ਜੇ ਮੈਂ MP ਬਣਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਕ ਚੁਣਨਗੇ ਵੀ ਕਿਹਨੂੰ MLA ਬਣਾਉਣਾ ਸੰਗਤ ਚੋਂ, ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਫਿਰ ਪਰਿਵਾਰ ਵਿੱਚੋਂ MLA ਲੜਾਊਂਗਾ। ਪਰ ਜੋ ਮਰਜ਼ੀ ਹੋਵੇ, ਜਿਹਨੇ ਬਾਬੇ ਨਾਨਕ ਦੇ ਪੈਸਿਆਂ ਨੂੰ ਲੁੱਟਿਆ, ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ, ਉਹ ਕਿਸੇ ਹਾਲਤ 'ਚ ਵੀ ਸੁਲਤਾਨਪੁਰ ਲੋਧੀ 'ਚ MLA ਬਣਨ ਵੇਲੇ ਸੋਚ ਹੀ ਨਹੀਂ ਸਕਦਾ।